ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਕਿ ਇੱਕ ਵਿਅਕਤੀ ਦੀ ਅੱਖਾਂ ਦੇ ਆਪਰੇਸ਼ਨ ਕਾਰਨ ਉਸਦੀ ਮੌਤ ਹੋ ਗਈ, ਪਰ ਅਜਿਹਾ ਹੀ ਹੋਇਆ ਹੈ। ਜਲੰਧਰ ਦੇ ਅਕਾਲ ਆਈ ਹਸਪਤਾਲ ਐਂਡ ਲੇਜ਼ਿਕ ਲੇਜ਼ਰ ਸੈਂਟਰ ਵਿੱਚ, ਦਰਅਸਲ ਪਿੰਡ ਬਜਾਜਾ ਦਾ ਰਹਿਣ ਵਾਲਾ ਗੁਰਦੀਪ ਸਿੰਘ ਇਸੀ ਹਸਪਤਾਲ ਦੀ ਭੋਗਪੁਰ ਸਥਿਤ ਬ੍ਰਾਂਚ ਵਿੱਚ ਰੂਟੀਨ ਚੈੱਕਅਪ ਕਰਾਉਣ ਗਿਆ ਸੀ, ਜਿੱਥੇ ਡਾਕਟਰਾਂ ਨੇ ਆਪਰੇਸ਼ਨ ਕਰਨ ਲਈ ਕਿਹਾ, ਜਿਸ 'ਤੇ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਘਰ ਵਾਲਿਆਂ ਨਾਲ ਗੱਲ ਕਰਕੇ ਦੱਸੇਗਾ, ਪਰ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਆਪਰੇਸ਼ਨ ਕਰਨਾ ਜ਼ਰੂਰੀ ਹੈ ਅਤੇ ਉਹ ਗੁਰਦੀਪ ਸਿੰਘ ਨੂੰ ਹਸਪਤਾਲ ਦੀ ਗੱਡੀ ਵਿੱਚ ਜਲੰਧਰ ਦੇ ਅਕਾਲ ਆਈ ਹਸਪਤਾਲ ਐਂਡ ਲੇਜ਼ਿਕ ਲੇਜ਼ਰ ਸੈਂਟਰ ਵਿੱਚ ਲੈ ਆਏ, ਜਿੱਥੇ ਆਪਰੇਸ਼ਨ ਦੇ ਦੌਰਾਨ ਉਸਦੀ ਮੌਤ ਹੋ ਗਈ। ਐਡ ਪ੍ਰੈਜੈਂਟ ਜਿਹੜਾ ਹੈਗਾ ਇਸ ਵੇਲੇ ਪੇਸ਼ੈਂਟ ਗੁਰਦੀਪ ਸਿੰਘ ਸੀਗਾ, ਬਜਾਜ ਪਿੰਡ ਹੈਗਾ ਥਾਣਾ ਪਲੱਥ। ਦੁਪਹਿਰੇ ਓਪਰੇਸ਼ਨ ਲਈ ਇੱਥੇ ਆਇਆ ਸੀਗਾ। ਡਿਊਰਿੰਗ ਓਪਰੇਸ਼ਨ ਜਿਹੜਾ ਹੈਗਾ ਉਹਦੇ ਓਪਰੇਸ਼ਨ ਹੁਣ ਠੀਕ ਠਾਕ ਹੋ ਗਿਆ ਸੀ, ਲੇਕਿਨ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਇਹਨੂੰ ਜਿਹੜੀ ਹੈਗੀ ਆ ਚੈਸਟ 'ਚ ਪੇਨ ਹੋਈ ਹੈ ਅਤੇ ਇਹਨੇ ਸਫੋਕੇਸ਼ਨ ਜੀ ਜਿਹੜੀ ਹੈਗੀ ਮਹਿਸੂਸ ਕਰ ਰਿਹਾ ਸੀਗਾ। ਉਹਦੇ ਮੁਤਾਬਕ ਜਿਹੜੇ ਹੈਗਾ ਪ੍ਰੋਪਰ ਟ੍ਰੀਟਮੈਂਟ ਦਿੱਤੀ ਸੀਗੀ, ਲੇਕਿਨ ਉਹ ਰਿਟਰਾਈਵ ਨਹੀਂ ਹੋ ਸਕਿਆ। ਲੇਕਿਨ ਜਿੱਥੋਂ ਤੱਕ ਕੰਪਲੇਨੈਂਟ ਹੈਗੇ ਜਿਹੜੀ ਪਾਰਟੀ ਹੈਗੀ ਉਹ ਕਹਿੰਦੇ ਨਹੀਂ ਜੀ ਡਾਕਟਰ ਦੀ ਨੈਗਲੀਜੈਂਸ ਹੈਗੀ ਆ, ਉਹਦੇ ਸੰਬੰਧ ਜਿਹੜਾ ਹੈਗਾ ਜੋ ਵੀ ਮਦਈ ਪਾਰਟੀ ਜਿਹੜੇ ਹੈਗਾ ਸਾਨੂੰ ਬਿਆਨ ਲਿਖਾਏਗੀ, ਉਹਨੂੰ ਇਨਵੈਸਟੀਗੇਟ ਕਰਕੇ ਜੋ ਪਤਾਵੇ ਬਣਦੇ ਉਹ ਕੰਮ ਵਿੱਚ ਲਿਆਵਾਂਗੇ। ਥੈਂਕ ਯੂ। ਇੱਕ ਮਰੀਜ਼ ਜੀ ਜਿਹੜਾ ਓਪਰੇਸ਼ਨ ਕਰਾਉਣ ਆਇਆ ਸੀ, ਉਹਦੇ ਟੈਸਟ ਵਗੈਰਾ ਸਰ ਜਿਹੜੇ ਰਿਕੁਆਇਰਡ ਟੈਸਟ ਕਰਕੇ ਓਪਰੇਸ਼ਨ ਥੀਏਟਰ ਗਿਆ। ਮੈਂ ਉਹਦਾ ਓਪਰੇਸ਼ਨ ਕੀਤਾ, ਓਪਰੇਸ਼ਨ ਬਹੁਤ ਹੀ ਵਧੀਆ ਬਿਲਕੁਲ ਕਾਮਯਾਬ ਸੀ। ਔਰ ਓਪਰੇਸ਼ਨ ਅਸੀਂ ਟੋਪੀਕਲ ਐਨੇਸਥੀਸੀਆ ਕਰਦੇ, ਕੋਈ ਟੀਕਾ ਨਹੀਂ ਲਾਉਂਦੇ। ਉਹ ਪੇਸ਼ੈਂਟ ਓਪਰੇਸ਼ਨ ਤੋਂ ਬਾਅਦ ਅਸੀਂ ਬਾਹਰ ਲੈ ਕੇ ਜਾ ਰਹੇ ਸੀਗੇ ਅਤੇ ਇੱਕਦਮ ਉਸਨੂੰ ਘਬਰਾਹਟ ਹੋਈ ਅਤੇ ਉਸਨੂੰ ਵਾਪਸ ਫਿਰ ਓਪਰੇਸ਼ਨ ਥੀਏਟਰ, ਹਜੇ ਬਾਹਰ ਗਿਆ ਹੀ ਨਹੀਂ ਸੀਗਾ ਓਪਰੇਸ਼ਨ ਥੀਏਟਰ, ਸਾਨੂੰ ਸ਼ੱਕ ਪੈ ਗਈ ਉਹ ਗੱਲ ਹੈਗੀ ਹੈ। ਉਹਨੂੰ ਵਾਪਸ ਲਿਆਏ ਅਤੇ ਉਹਦੀ ਘਬਰਾਹਟ ਵੱਧਦੀ ਗਈ। ਫਿਰ ਅਸੀਂ ਉਹਨੂੰ CPR ਕੀਤਾ, ਉਹਨੂੰ ਡੀਫਿਬਰੀਲੇਟਰ ਲਾਇਆ ਔਰ ਮੇਰਾ ਐਨੇਸਥੀਸਟ, ਕਿਉਂਕਿ ਇਸ ਤੋਂ ਪਹਿਲਾਂ ਇੱਕ ਓਪਰੇਸ਼ਨ ਜਿਹੜਾ ਉਹ ਬੱਚੇ ਦਾ ਹੋ ਰਿਹਾ ਸੀਗਾ ਅਤੇ ਉਹ ਮੇਰਾ ਐਨੇਸਥੀਸਟ ਉੱਥੇ ਸੀ। ਸੋ ਐਨੇਸਥੀਸਟ ਮੈਂ ਹੋਰ ਡਾਕਟਰ ਸਾਹਿਬਾਨ ਸਾਰੇ ਸਟਾਫ ਨੇ ਉਹਦਾ CPR ਕੀਤਾ, ਉਹਦੇ ਡੀਫਿਬਰੀਲੇਟਰ ਲਾਇਆ, ਪਰ ਅਸੀਂ ਉਹਨੂੰ ਰਿਵਾਈਵ ਨਹੀਂ ਕਰ ਸਕੇ। ਬੜੀ ਅਫਸੋਸ ਦੀ ਗੱਲ ਹੈ ਕਿ ਅੱਖਾਂ ਦੇ ਹਸਪਤਾਲ ਸਾਡੇ ਕਦੀ ਹੁੰਦਾ ਨਹੀਂ ਅਤੇ ਮੇਰੀ ਲਾਈਫ 'ਚ ਪਹਿਲਾ ਇੰਸੀਡੈਂਟ ਆ, ਮੈਨੂੰ ਆਪਣੇ ਆਪ 'ਚ ਵਿੱਚ ਅਫਸੋਸ ਹੈ, ਪਰ ਇਹ ਮੈਨੂੰ ਲੱਗਦਾ ਕੋਈ ਇਹਦੇ ਵਿੱਚ ਇਹ ਕੁਦਰਤੀ ਗੱਲ ਹੈਗੀ। ਬਹੁਤ ਮੁਸ਼ਕਲ ਹੈ, ਇਹ ਉਸ ਓਲਡ ਪੇਸ਼ੈਂਟਸ ਹੁੰਦੇ ਨੇ, ਇਹਨਾਂ ਦੇ ਹਾਰਟ 'ਚ ਕਦੀ ਡਾਇਬਟਿਕਸ ਵੀ ਪੇਸ਼ੈਂਟ, ਸ਼ੂਗਰ ਦਾ ਮਰੀਜ਼ ਸੀਗਾ, ਇਹਨਾਂ ਦੇ ਹਾਰਟ ਕਮਜ਼ੋਰ, ਜਦੋਂ ਮਰਜ਼ੀ ਇਹਨਾਂ ਨੂੰ ਹਾਰਟ ਮੈਸਿਵ ਅਸੀਂ ਮਾਇਓਕਾਰਡ ਇਨਫਾਰਕਸ਼ਨ ਕਹਿੰਦੇ ਹਾਂ ਹੋ ਜਾਂਦੀ ਆ, ਅਤੇ ਇਹ ਨੋਨ ਹੈ ਕਿ ਜਦੋਂ ਮਰਜ਼ੀ ਹਾਰਟ ਅਟੈਕ ਹੋ ਜਾਂਦਾ ਆ ਅਤੇ ਇਹੋ ਜਿਹੀ ਗੱਲ ਹੋ ਜਾਂਦੀ ਹੈ। ਅਤੇ ਹੋਰ ਜੇ ਆਪਾਂ ਕੋਈ ਟੀਕਾ ਲਾ ਕੇ ਓਪਰੇਸ਼ਨ ਕਰਦੇ ਹੋਏ ਜਾਂ ਉਹਨੂੰ ਕੋਈ ਟੀਕਾ ਲਾਇਆ ਤਾਂ ਫਿਰ ਤਾਂ ਕੋਈ ਸੰਭਾਵਨਾ ਹੈ, ਪਰ ਅਸੀਂ ਤਾਂ ਬਿਲਕੁਲ ਕੋਈ ਟੀਕਾ ਨਹੀਂ, ਟੋਪੀਕਲ ਐਨੇਸਥੀਸੀਆ ਜੋ ਉਹਦਾ ਓਪਰੇਸ਼ਨ ਕੀਤਾ, ਉਹ ਲੈਂਜ਼ ਪਾਇਆ ਔਰ ਬਹੁਤ ਵਧੀਆ ਸਰਜਰੀ ਹੋਈ। ਸਰਜਰੀ ਕੰਪਲੀਟ ਹੋਣ ਤੋਂ ਬਾਅਦ ਮੈਂ ਸਮਝਦਾ ਕਿ 5-4 ਮਿੰਟ ਲੱਗ ਬਾਹਰ ਕੱਢਦਿਆਂ ਵੀ ਲੱਗ ਜਾਂਦੇ ਅਤੇ ਗਏ ਤਾਂ ਫਿਰ ਉਹ ਤਕਲੀਫ ਹੋ ਗਈ, ਡਿਸਨਿਕ ਜਿਹਨੂੰ ਅਸੀਂ ਕਹਿੰਦੇ, ਸਾਹ ਚੜ੍ਹਨ ਲੱਗ ਪਿਆ, ਫਿਰ ਸਾਨੂੰ ਸ਼ੱਕ ਪੈ ਗਈ, ਅਸੀਂ ਸਾਰੀ ਕਾਰਵਾਈ ਕੀਤੀ ਪਰ ਅਸੀਂ ਬਚਾ ਨਹੀਂ ਸਕੇ। ਹਾਂ, ਜ਼ਰੂਰੀ ਨਹੀਂ ਹੋਣੀ, ਜ਼ਰੂਰੀ ਨਹੀਂ ਜੀ। ਜਦੋਂ ਅਸੀਂ ਓਪਰੇਸ਼ਨ ਕਰਦੇ ਕਾਰਡੀਕ ਮੋਨੀਟਰ ਇੱਕ ਲੱਗਾ ਹੁੰਦਾ, ਉਹਦੇ ਵਿੱਚ ਪਲਸ, ਆਕਸੀਜਨ ਕਿੰਨੀ ਆ ਬਲੱਡ ਦੇ ਵਿੱਚ ਅਤੇ ਉਹਦੀ ECG ਕਿੱਦਾਂ ਚੱਲ ਰਹੀ ਆ, ਬਲੱਡ ਪ੍ਰੈਸ਼ਰ, ਅਤੇ ਇਹ ਸਾਰੀਆਂ ਚੀਜ਼ਾਂ ਉਹ ਦੱਸਦੇ ਆ। ਅਤੇ ਅਸੀਂ ਕਾਰਡੀਕ ਮੋਨੀਟਰ ਹੀ ਲਾ ਕੇ ਹੀ ਓਪਰੇਸ਼ਨ ਕਰਦੇ ਹਾਂ, ਰੂਟੀਨ ਹੈ ਸਾਡਾ, ਆਕਸੀਜਨ ਲੱਗੀ ਹੁੰਦੀ ਪੇਸ਼ੈਂਟ ਨੂੰ, ਰੂਟੀਨ ਹੈ ਕਿ ਉਹਨਾਂ ਨੂੰ ਲਾ ਕੇ ਕਰਦੇ। ਉਹ ਕੀਤਾ, ਉਹ ਬਿਲਕੁਲ ਠੀਕ ਸੀ, ਪਰ ਇਹ ਓਪਰੇਸ਼ਨ ਖਤਮ ਹੋਣ ਤੋਂ ਬਾਅਦ ਕੁਛ ਐਸਾ ਲੱਗਦਾ ਕਿ ਉਹਨਾਂ ਨੂੰ ਕੋਈ ਤਕਲੀਫ ਹੋਈ। ਇੱਕ ਜ਼ਰੂਰੀ ਇਹ ਨਹੀਂ ਕਿ ਉਹ ਪੇਸ਼ੈਂਟ ਹਾਰਟ ਦਾ ਪੇਸ਼ੈਂਟ ਪਹਿਲਾਂ ਹੋਣਾ ਚਾਹੀਦਾ, ਆਮ ਆਦਮੀ ਜਵਾਨ ਬੰਦਿਆਂ ਨੂੰ ਵੀ ਅਸੀਂ ਅਖਬਾਰ ਬਹੁਤ ਵਾਰੀ ਦੇਖਦੇ ਹਾਂ, ਸਟ੍ਰੈਕ ਦੇ ਉੱਤੇ ਸੱਟ ਦੌੜੇ ਜਾਂਦੇ, ਅਥਲੀਟਸ ਨੂੰ ਹਾਰਟ ਅਟੈਕ ਹੋ ਜਾਂਦਾ, ਇਹੋ ਸੰਭਵ ਹੈ। ਹਾਂਜੀ, ਓਪਰੇਸ਼ਨ ਤੋਂ ਬਾਅਦ ਬਿਲਕੁਲ ਨਾ ਭੋਗਪੁਰ ਪਹਿਲਾਂ ਪੇਸ਼ੈਂਟ ਉੱਥੇ ਦਿਖਾ ਰਿਹਾ ਸੀ, ਉਹਨੂੰ ਓਪਰੇਸ਼ਨ ਐਡਵਾਈਸ ਸੀਗਾ ਤੇ ਪੇਸ਼ੈਂਟ ਨੇ ਕਹਿੰਦਾ ਵੀ ਮੈਂ ਓਪਰੇਸ਼ਨ ਕਰਾਉਣਾ ਤੇ ਮੈਂ ਕਿਹਾ ਜੀ ਇੱਥੇ ਜਲੰਧਰ ਕਰਾਂਗੇ ਓਪਰੇਸ਼ਨ, ਤੇ ਉਹਨੂੰ ਜਲੰਧਰ ਅਸੀਂ ਲੈ ਕੇ ਆਏ ਸੀਗੇ। ਹੋਰ ਕੋਈ ਗੱਲ ਨਹੀਂ, ਬਾਕੀ ਸਾਰੇ ਉਹਦੀਆਂ ਜੋ ਵੀ ਕਾਰਵਾਈਆਂ ਜਿਹੜੀਆਂ ਅਸੀਂ ਸਾਰੀਆਂ ਕੀਤੀਆਂ ਗਈਆਂ। ਅਸੀਂ ਕੀ ਸਮਝੇ ਨੇ
ਕੋਈ ਉਹਨਾਂ ਦੇ ਕੋਈ ਬੈਡ ਦਿੱਤਾ ਹੋਇਆ ਜਾਂ ਕਮਰਾ ਦਿੱਤਾ ਨਹੀਂ ਹੋਇਆ, ਉਸ ਸੰਭਾਵਨਾ ਕਿਸੇ ਨੂੰ ਪਤਾ ਨਾ ਹੋਵੇ, ਕਿਉਂਕਿ ਉਹ ਸਾਡੀਆਂ ਸਰਜਰੀ ਓਪੀਡੀ ਸਰਜਰੀ ਜਿਹਨੂੰ ਕਹਿੰਦੇ ਆ, ਵਾਕ ਇਨ ਸਰਜਰੀ, ਡੇ ਕੇਅਰ ਸਰਜਰੀ ਹੁੰਦੀਆਂ, ਇਹਦੇ ਵਿੱਚ ਕੋਈ ਕੋਈ ਬੈਡ ਅਲਾਟਮੈਂਟ ਕੋਈ ਕੁਛ ਇਸ ਤਰ੍ਹਾਂ ਨਹੀਂ ਹੁੰਦਾ, ਸਾਰੇ ਓਪੀਡੀ ਸਾਰੇ ਟੈਸਟ ਹੁੰਦੇ ਨੇ, ਇਸ ਤਰ੍ਹਾਂ ਦਾ ਓਪਰੇਸ਼ਨ ਹੁੰਦਾ। ਹਾਂਜੀ ਲਈ ਗਈ ਜੀ, ਉਹ ਮੈਨੂੰ ਦੇਖਣਾ ਪਏਗਾ ਜੀ, ਉੱਤੇ ਕਾਗਜ਼ਾਂ 'ਤੇ ਹੋਈ ਗਈ, ਆਪਣੀ ਕੰਸੈਂਟ ਹੀ ਆ ਮੇਰਾ ਖਿਆਲ। ਗੁਰਦੀਪ ਸਿੰਘ ਨਾਮ ਹੈ ਜੀ, ਮੈਂ ਵੱਡਾ ਭਰਾ ਨਾ, ਮੈਨੂੰ ਤਕਰੀਬਨ ਮੇਰੇ ਭਤੀਜੇ ਦਾ ਫੋਨ ਗਿਆ, ਟਾਈਮ ਹੋਊਗਾ ਤਕਰੀਬਨ 3 ਵਜੇ ਦੇ ਲਗਭਗ ਜਾਂ 3:15 ਦਾ ਹੋਊਗਾ, ਟਾਈਮ 'ਤੇ ਦੇਖਿਆ ਨਹੀਂ ਮੈਂ, ਅਤੇ ਮੈਨੂੰ ਉਹਨੇ ਦੱਸਿਆ ਵੀ ਚਾਚੇ ਨੂੰ ਅਟੈਕ ਹੋ ਗਿਆ, ਮੁੜ ਕੇ ਜਸਟ ਥੋੜ੍ਹੀ ਦੇਰ ਬਾਅਦ ਫੋਨ ਆ ਗਿਆ ਵੀ ਚਾਚਾ ਪੂਰਾ ਹੋ ਗਿਆ। ਹਾਂਜੀ ਹਾਂਜੀ, ਅੱਖ ਦਾ ਆਪਰੇਸ਼ਨ ਕਰਾਉਣ ਆਏ ਸੀ ਜੀ, ਉਹਨਾਂ ਦਾ ਬੇਟਾ ਆਇਆ ਸੀ ਨਾਲ ਪਿੱਛੇ, ਬੇਟਾ ਉਹਨਾਂ ਦਾ ਥੱਲੇ ਸੀ, ਉਹਨੂੰ ਰਿਸੈਪਸ਼ਨ 'ਤੇ ਆ ਕੇ ਪੁੱਛਿਆ ਵੀ ਇੱਥੋਂ ਗੁਰਦੀਪ ਸਿੰਘ ਪੇਸ਼ੈਂਟ ਆਉਣਾ ਸੀ ਭੋਗਪੁਰ ਤੋਂ, ਇਹਨਾਂ ਨੇ ਵੈਸੇ ਭੋਗਪੁਰ ਤੋਂ ਫਾਰਵਰਡ ਕੀਤਾ ਸੀ, ਇੱਧਰ ਇਹਨਾਂ ਦੀ ਇੱਕ ਬ੍ਰਾਂਚ ਭੋਗਪੁਰ ਵੀ ਹੈ, ਉੱਥੋਂ ਆਪਣੀ ਗੱਡੀ 'ਤੇ ਲਿਆਏ ਹੈ, ਆਪਣੀ ਗੱਡੀ 'ਤੇ ਲਿਆ ਕੇ ਇੱਥੇ ਇਹਨਾਂ ਨੇ ਆਪਰੇਸ਼ਨ ਕਰਤਾ, ਸਾਨੂੰ ਨਹੀਂ ਪਤਾ ਕਦੋਂ ਦੇ ਆਏ ਸੀ ਕਦੋਂ ਦੇ ਨਹੀਂ ਸੀ ਆਏ, ਆਪਰੇਸ਼ਨ ਇਹਨਾਂ ਦਾ ਕਰ ਦਿੱਤਾ ਇਹਨਾਂ ਨੇ, ਅਤੇ ਉਹ ਬੇਟਾ ਆਇਆ ਬਾਹਰ, ਬੇਟੇ ਨੇ ਪੁੱਛਿਆ ਵੀ ਇੱਥੇ ਗੁਰਦੀਪ ਸਿੰਘ ਪੇਸ਼ੈਂਟ ਆਉਣਾ ਸੀ ਭੋਗਪੁਰ ਤੋਂ ਰਿਸੈਪਸ਼ਨ 'ਤੇ, ਉਹ ਕਹਿੰਦੇ ਜੀ ਆਇਆ ਨਹੀਂ ਕੋਈ ਵੀ ਜੀ, ਅਤੇ ਉਹ ਫਿਰ ਬਾਹਰ ਫਿਰ ਵੇਟ ਕਰਦਾ ਰਿਹਾ ਵੀ ਹੁਣ ਆਉਣਾ ਹੀ ਆ ਬਾਹਰ, ਗੱਡੀ ਦੇ ਉੱਤੇ ਆਉਣਾ ਜਦੋਂ ਤੇ ਮੈਂ ਮਤਲਬ ਮਿਲ ਲਵਾਂਗਾ ਉਹਨੂੰ ਅਤੇ ਫਿਰ ਅੱਗੇ ਚੱਲ ਚੱਲਾਂਗੇ। ਫਿਰ 10 ਮਿੰਟਾਂ ਬਾਅਦ ਇਹਨਾਂ ਦਾ ਕੋਈ ਇੱਥੋਂ ਗਿਆ ਵਿਆ ਇੰਪਲਾਈ, ਉਹਨੇ ਕਿਹਾ ਵੀ ਤੁਸੀਂ ਇੱਦਾਂ ਦਾ ਕਰਕੇ ਗੁਰਦੀਪ ਸਿੰਘ ਨਾਲ ਆਇਓ ਅਤੇ ਉਹਨਾਂ ਦਾ ਆਪਰੇਸ਼ਨ ਹੋ ਗਿਆ ਵਾ, ਤੁਸੀਂ ਆ ਜਾਓ ਉੱਪਰ ਵੇਟਿੰਗ ਰੂਮ 'ਚ ਬੈਠੋ ਆ ਕੇ। ਉਹ ਫਿਰ ਆ ਕੇ ਵੇਟਿੰਗ ਰੂਮ 'ਚ ਬਹਿ ਗਏ, 10 ਮਿੰਟ ਉੱਥੇ ਬੈਠੇ ਆ ਅਤੇ ਕਹਿੰਦੇ ਵੀ ਇੱਦਾਂ ਦਾ ਕਰਕੇ ਤੁਸੀਂ ਆ ਜਾਓ, ਉਹਨਾਂ ਨੂੰ ਥੋੜ੍ਹਾ ਜਿਹਾ ਛੋਟਾ ਜਿਹਾ ਅਟੈਕ ਆ ਗਿਆ, ਅਤੇ ਉਹ ਜਦੋਂ ਅੰਦਰ ਆਏ ਆ ਤਾਂ ਫਿਰ ਉਹਨੂੰ ਕਹਿਤਾ ਵੀ ਤੁਸੀਂ ਬਾਹਰ ਜਾਓ ਜੀ, 10 ਮਿੰਟ ਫਿਰ ਬਾਹਰ ਬੈਠੇ ਆ ਅਤੇ ਫਿਰ ਉਹਨਾਂ ਨੂੰ ਬੁਲਾ ਲਿਆ ਵੀ ਤੁਸੀਂ ਆ ਜਾਓ ਅੰਦਰ, ਅਤੇ ਉਦੋਂ ਇਹਨਾਂ ਨੂੰ ਥੱਲੇ ਪਿਆ ਸੀ ਲਵਾਂ ਅਤੇ ਉੱਤੇ ਨੱਪ ਘੁੱਟ ਕਰਨ ਡੇ ਸੀ। ਹਾਂਜੀ ਨਹੀਂ ਨਹੀਂ ਕੋਈ ਨਹੀਂ ਜੀ, ਕੋਈ ਦਵਾਈ ਨਹੀਂ, ਸ਼ੂਗਰ ਦੀ ਪ੍ਰੋਬਲਮ ਹੈ ਮਾੜੀ ਮੋਟੀ ਜੀ, ਇਹ ਤਾਂ ਮੈਂ ਸਮਝਦਾ ਵੀ ਜਦੋਂ ਆਪਰੇਸ਼ਨ ਕਰਨ ਲੱਗੇ ਆ ਨਾ ਡਾਕਟਰ, ਤਾਂ ਕਈ ਵਾਰੀ ਬੰਦਾ ਘਬਰਾ ਜਾਂਦਾ, ਘਬਰਾਉਣ ਦੇ ਨਾਲ ਉਹਦੀ ਪਲਸ ਵੱਧ ਗਈ, ਇਹਨਾਂ ਨੇ ਉੱਤੇ ਕੰਟਰੋਲ ਨਹੀਂ ਕੀਤਾ ਵੀ ਇਹਨੂੰ ਛੱਡ ਦਈਏ ਜਾਂ ਕਹਿ ਦਈਏ ਵੀ ਤੇਰਾ ਆਪਰੇਸ਼ਨ ਨਹੀਂ ਕਰਨਾ, ਇਹਨਾਂ ਨੇ ਆਪਰੇਸ਼ਨ ਆਪਣਾ ਜਾਰੀ ਰੱਖਿਆ, ਉਹਦੀ ਦਬ ਦੇ ਵਿੱਚ ਜਾਣ ਕੇ ਉਹਦਾ ਮੌਤ ਹੋਈ ਹੈ। ਹਾਂ ਦਵਾਈਆਂ ਜੀ ਉਹ ਸਾਰੇ ਕੁਛ, ਉਹ ਸਾਰੇ ਹਾਂ ਜੀ ਉਹ ਸਾਰਾ ਕੁਛ ਹੁਣ ਅਸੀਂ ਦੇਖਿਆ ਵਾ ਵੀ ਉਹਦੀ ਡਿਸਚਾਰਜ ਸਲਿੱਪ ਵੀ ਬਣਾਈ ਪਈ ਹੈ, ਜਦੋਂ ਕਿ ਬੰਦਾ ਤਾਂ ਆਪਰੇਸ਼ਨ ਰੂਮ 'ਚ ਬਾਹਰ ਹੀ ਨਹੀਂ ਆਇਆ, ਬੰਦਾ ਆਪਰੇਸ਼ਨ ਰੂਮ ਦੇ ਅੰਦਰ ਹੀ ਹੈ, ਅਤੇ ਇਹਨਾਂ ਨੇ ਜਿਹੜੀ ਕਾਰਵਾਈ ਜਾਣ ਲੱਗਿਆਂ ਨੂੰ ਕਰਦੇ ਆ, ਜਿੱਥੇ ਆਪਾਂ ਰਿਸੈਪਸ਼ਨ 'ਤੇ ਆਉਂਦੇ ਹਾਂ ਦਵਾਈਆਂ ਜਦੋਂ ਆਉਣ ਟਾਈਮ 'ਤੇ ਉੱਥੇ ਤਕਰੀਬਨ ਹੁੰਦਾ ਸਾਰੇ ਹਸਪਤਾਲਾਂ ਦਾ, ਵੀ ਉੱਥੇ ਜਾ ਕੇ ਫਿਰ ਉਹ ਦਵਾਈਆਂ ਦਿੰਦੇ ਆ, ਉਹ ਦੱਸਦੇ ਆ ਵੀ ਤੁਸੀਂ ਆਹ ਦਵਾਈ ਪਾਉਣੀ ਆ, ਖਾਣੀ ਆ, ਇੰਨੇ ਤਰ੍ਹਾਂ ਦੀ ਦਵਾਈ ਹੈ, ਤਾਂ ਸਾਨੂੰ ਹੁਣ ਮਿਲੀਆਂ ਦਵਾਈਆਂ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਉਸੇ ਸਿਰਾਣੇ ਦੇ ਨਾਲ ਦਵਾਈਆਂ ਪਈਆਂ ਵਾ, ਅਤੇ ਇੱਕ ਡਿਸਚਾਰਜ ਸਰਟੀਫਿਕੇਟ ਵੀ ਪਿਆ ਬਿਨਾਂ ਸਾਈਨਾਂ ਤੋਂ, ਉੱਥੇ ਸਾਈਨ ਵੀ ਨਹੀਂ ਹੈ। ਨਹੀਂ ਜੀ ਕਿਤੇ ਨਹੀਂ, ਬਸ ਇੱਕ ਆਲ ਹਸਪਤਾਲ ਹੀ ਚੈੱਕ ਕਰਾਇਆ, ਆਰਮੀ ਰਿਟਾਇਰ ਹੈਗੇ ਆ ਉੱਥੋਂ ਕਰਾ ਕੇ ਲਿਆਏ ਆ ਇੱਥੇ ਫਾਰਵਰਡ, ਅਤੇ ਸਾਨੂੰ ਤਾਂ ਅੱਜ ਹੀ ਸਵੇਰੇ ਪਤਾ ਲੱਗਾ ਵੀ ਇਹ ਇੱਥੇ ਗਏ ਸੀ, ਘਰੋਂ ਬਿਲਕੁਲ 9:45 ਆਏ, ਤਕਰੀਬਨ 9 ਵਜੇ ਦਾ ਟਾਈਮ ਹੋਊਗਾ 8:30 ਦਾ ਜਦੋਂ ਟਰੈਕਟਰ ਦੇ ਉੱਤੇ ਆਏ ਬਾਹਰੋਂ ਖੇਤਾਂ ਦੇ ਵਿੱਚੋਂ, ਕੋਈ ਗੱਲ ਨਹੀਂ ਸਿੱਧਾ ਕਾਰਵਾਈ ਅਸੀਂ ਕਹਿੰਦੇ ਵੀ ਸਾਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਨਾ, ਪਤਾ ਤਾਂ ਲੱਗੇ ਜੇ ਹੋਸਪਿਟਲ ਵਾਲੇ ਬੰਦਿਆਂ ਨੂੰ ਅਸੀਂ ਪੁੱਛਿਆ, ਉੱਥੇ ਇੱਕ ਡਾਕਟਰ ਸੀ ਜ਼ਿੰਮੇਵਾਰ, ਉਹਨੇ ਕਿਹਾ ਜੀ ਸਾਡਾ ਹੋਸਪਿਟਲ ਜੀ ਅਸਾਰੀ ਦੇ ਅਧੀਨ ਹੈ, ਅਸਾਰੀ ਦੇ ਅਧੀਨ ਹੈ, ਸਾਡੇ ਕੋਲ ਪੂਰੀਆਂ ਸੁਵਿਧਾ ਜਿਹੜੀਆਂ ਸਹੂਲਤਾਂ ਹੈ ਨਹੀਂ, ਠੀਕ ਹੈ ਨਾ। ਜਦੋਂ ਅੰਦਰ ਜਾ ਕੇ ਸਾਡੇ ਨਾਲ ਫਿਰ ਗੱਲ ਕੀਤੀ, ਉਹ ਡਾਕਟਰ ਝੱਟ ਪੈਂਤਰਾ ਬਦਲ ਗਏ, ਕਹਿੰਦੇ ਜੀ ਸਾਡਾ ਤਾਂ ਪਤਾ ਨਹੀਂ ਕਿਹੜੀ ਸੰਸਥਾ ਹੁੰਦੀ ਹੈ ਸਾਡੀ, ਉੱਥੋਂ ਸਾਡਾ ਚੈਕਿੰਗ ਹੋਇਆ ਉਸ ਟੀਮ ਦੇ ਦੁਆਰਾ, ਹੁਣ ਇਹ ਨਹੀਂ ਪਤਾ ਵੀ ਇਹਨਾਂ ਦੇ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਕੋਲ ਸਹੂਲਤਾਂ ਹੈ ਨਹੀਂ ਪੂਰੀਆਂ, ਇਹਨਾਂ ਨੇ ਆਪਰੇਸ਼ਨ ਕੀਤਾ ਵੈ
ਤੇ ਜਾਂ ਮੁੜ ਕੇ ਫਿਰ ਇਹ ਮੁੱਕਰ ਗਿਆ ਜੀ, ਸਾਡੇ ਕੋਲ ਸਾਰੀਆਂ ਸਹੂਲਤਾਂ ਹੈਗੀਆਂ। ਨਹੀਂ ਇਹ ਤਾਂ ਬੇਟਾ ਦੱਸੂਗਾ ਤੁਹਾਨੂੰ, ਮੈਂ ਨਹੀਂ ਸੀਗਾ ਇੱਥੇ। ਬਾਕੀ ਮੈਂ ਤੁਹਾਨੂੰ ਇਹ ਦੱਸਦਾ ਵੀ ਜਦੋਂ ਸਾਡੇ ਸਾਹਮਣੇ ਗੱਲ ਹੋਈ ਹੈ, ਉੱਥੋਂ ਪੁਲਿਸ ਦੇ ਅਫਸਰ ਵੀ ਸਾਹਮਣੇ ਖੜੇ ਸੀ। ਜਿਸ ਬੰਦੇ ਨੇ, ਡਾਕਟਰ ਨੇ ਸਾਨੂੰ ਇਹ ਦੱਸਿਆ ਵੀ ਸਾਡਾ ਹਸਪਤਾਲ ਜਿਹੜਾ ਸਾਰੀ ਅਧੀਨ ਹੈ ਅਤੇ ਅਜੇ ਸਾਡੇ ਕੋਲ ਸਹੂਲਤਾਂ ਨਹੀਂ ਹੈ ਪੂਰੀਆਂ। ਫਿਰ ਅਸੀਂ ਉਹਨੂੰ ਕਿਹਾ ਵੀ ਤੁਸੀਂ ਜੇ ਸਹੂਲਤਾਂ ਪੂਰੀਆਂ ਤਾਂ ਕਿਉਂ ਓਪਰੇਸ਼ਨ ਕੀਤਾ? ਹੁਣ ਕੋਈ ਜਵਾਬ ਨਹੀਂ ਦਿੱਤਾ ਸਾਨੂੰ।